की ना है अब्दुर्रहमान की करना है अब्दुर्रहमान लकड़ी का काम किथे रहना है सराज पार्क केड़ी जगह सराज पार्क 7 नंबर गली एथे शादरा टाउन हां जी शादरा टाउन शादीशुदा हां जी कितने बच्चे 2 बच्चे ने भैन भरा कितने 5 5 भैन भरा वालद दा की नाम है मोहम्मद ताहिर क्यों मारता है अपनी सतेली मां नूं बस ज्यादती करदे सी जगह कहंदे सी बेच दियो नहीं सी वेचन दिंदे अच्छा भैन भरा की ज्यादती करदे गाना कटते सी बदवावा दिंदी सी अच्छा कदों शादी की थी तेरे वालद ने 3-4 साल हो गए पहली वालदा नूं की होया उन्हां दी डेथ हो गई सी अच्छा ते फिर उस तो बाद फिर आ शादी की थी बच्चे सी इहदे नहीं तुसी बच्चे सी हाँ जी तुसी कित्थे रहंदे सी ते ओह कित्थे रहंदे सी असीं पहले ऐसे घर रहिंदे सी अच्छा लड़ाइयां झगड़े दी वजह तो सारे छड्ड के चले गए अच्छा सब तो वड्डा तू घर च नहीं हाँ मेरे तो वड्डा एक मैं छोटा ओह की करदा ओह कार मैकेनिक ओह इत्थे नहीं रहिंदा अच्छा फिर कदों तो लड़ाई झगड़ा शुरू होया ये तकरीबन शादी तो 6 महीने बाद लड़ाई झगड़े शुरू सन केदी शादी तो दूसरी शादी तो तेरे वालद दी हाँ जी अच्छा की झगड़ा होंदा सी झगड़ा बस यही निकल जाओ दफा जो मरदे नहीं जान नहीं छड़दे तुसी ते किदे घर च रहंदे सी वालद अपने घर दे विच ਤੁਹਾਡਾ ਸੀ ਉਹ ਘਰ ਨਹੀਂ ਵਾਲ ਸਾਹਿਬ ਦਾ ਸੀ ਆਪਣਾ ਉਹਨਾਂ ਦੇ ਪੈਸਿਆਂ ਦਾ ਸੀ ਤੇ ਤੈਨੂੰ ਕੀ ਮਸਲਾ ਸੀ ਬਸ ਉਹਨਾਂ ਦਾ ਹੀ ਮਸਲਾ ਸੀ ਕੀ ਮਸਲਾ ਸੀ ਨਹੀਂ ਸੀ ਰਹਿਣ ਦਿੰਦੇ ਘਰ ਬਦਵਾਵਾਂ ਦਿੰਦੇ ਸੀ ਬੱਚਿਆਂ ਨੂੰ ਹਰ ਟਾਈਮ ਗਾਲਾਂ ਕੱਢਣੀਆਂ ਕੀ ਬਦਵਾਵਾਂ ਦਿੰਦੇ ਸੀ ਬਸ ਇਹੀ ਕਿ ਮਰ ਜਾਓ ਮੈਂ ਤਵੀਤ ਧਾਗੇ ਇੰਜ ਕਰ ਦੇਂਗੀ ਇੰਜ ਕਰ ਦੇਂਗੀ ਮੈਂ ਕਹਿੰਦਾ ਸਾ ਜਗ੍ਹਾ ਵੇਚ ਕੇ ਹਿੱਸੇ ਘਰ ਲਵੋ ਆਪਣੇ ਆਪਣੇ ਲੈਦਾ ਲੈਦਾ ਹੀ ਉਹ ਵਿਕਣ ਨਹੀਂ ਸੀ ਦਿੰਦੀ ਇਹ ਘਰ ਕਦੋਂ ਲਿੱਤਾ ਹੈ ਤੇਰੇ ਵਾਲਦ ਨੇ ਇਹ ਘਰ ਸਟਾਰਟਿੰਗ 'ਚ ਸਾਡੇ ਕੋਲ ਹੈ ਅੱਛਾ ਬਦਵਾਵਾਂ ਦਿੰਦੇ ਸੀ ਬਦਵਾਵਾਂ ਹਰ ਟਾਈਮ ਜਦੋਂ ਘਰ ਜਾਣਾ ਉਦੋਂ ਬਦਵਾਵਾਂ ਦੇਣੀਆਂ ਤੇ ਤੂੰ ਤੇ ਰਹਿੰਦਾ ਹੀ ਨਹੀਂ ਸੀ ਉੱਥੇ ਨਹੀਂ ਨਹੀਂ ਅਸੀਂ ਇੱਥੇ ਰਹਿੰਦੇ ਸੀ ਕਿੱਥੇ ਰਹਿੰਦੇ ਸੀ ਇੱਥੇ ਇਸੇ ਘਰ 'ਚ ਕਿਹੜੇ ਘਰ 'ਚ ਸਰਾਜ ਪਾਰਕ ਛਦਰੀ 'ਚ ਜਿੱਥੇ ਦੂਸਰੀ ਮਾਂ ਰਹਿੰਦੀ ਸੀ ਤੁਹਾਡੀ ਇਹ ਇੱਥੇ ਹੀ ਸੀ ਕੀ ਮਾਂ ਵੀ ਇੱਥੇ ਸੀ ਦੂਸਰੀ ਵੀ ਇੱਥੇ ਹੀ ਆਈ ਸੀ ਤੂੰ ਵੀ ਇੱਥੇ ਰਹਿੰਦਾ ਸੀ ਹਾਂਜੀ ਹੋਰ ਕੌਣ ਕੌਣ ਰਹਿੰਦਾ ਸੀ ਹੋਰ ਪਹਿਲੇ ਭਰਾ ਰਹਿੰਦੇ ਸਨ ਉਹ ਛੱਡ ਕੇ ਚਲੇ ਗਏ ਫਿਰ ਠੀਕ ਹੈ ਬੀਵੀ ਨੂੰ ਮੈਂ ਲੈ ਕੇ ਆਉਣਾ ਇਹਨਾਂ ਨੇ ਬੋਲਣਾ ਗਾਲਾਂ ਕੱਢਣੀਆਂ ਇੰਨੇ ਲੜਨਾ ਮੈਂ ਫਿਰ ਛੱਡ ਦੇਣਾ ਪਿੱਛੇ ਪੇਕੇ ਛੱਡ ਆਉਣਾ ਮੈਂ ਹੁਣ ਵੀ 2-3 ਮਹੀਨੇ ਹੋ ਗਏ ਪੇਕੇ ਚਲੀ ਗਈ ਸੀ ਤੇ ਤੂੰ ਕਿੱਥੇ ਰਹਿੰਦਾ ਸੀ ਮੈਂ ਇੱਥੇ ਹੀ ਰਹਿੰਦਾ ਸੀ ਤੂੰ ਤੇ ਮਿਲਣ ਆਇਆ ਸੀ ਇੱਧਰ ਆਪਣੇ ਪਿਓ ਨੂੰ ਮੈਂ ਤਕਰੀਬਨ 4-5 ਦਿਨ 6 ਦਿਨ ਬਾਅਦ ਕੋਈ ਚੱਕਰ ਲਾਉਣਾ ਸੀ ਇੱਥੇ ਅੱਬੂ ਨੂੰ ਵੇਖਣ ਆਉਣਾ ਸੀ ਹਾਂ ਕੀ ਕਰਦਾ ਸੀ ਵੇਖ ਕੇ ਅੱਬੂ ਨਾਲ ਪਿਆਰ ਕਰਦਾ ਸੀ ਪਰੇਸ਼ਾਨੀਆਂ ਅੱਬੂ ਨਹੀਂ ਸੀ ਭੁਲਾਉਂਦੇ ਆ ਕੋਸ਼ਿਸ਼ ਆਈ ਕਰਦੇ ਕਿ ਸੁਲਾ ਹੋ ਜਾਵੇ ਅੱਬੂ ਦੇ ਨਾਲ ਅੱਬੂ ਨਾਲ ਕੀ ਲੜਾਈ ਹੋਈ ਬਸ ਉਹ ਨਹੀਂ ਸੀ ਬੋਲਣ ਦਿੰਦੀ ਉਹ ਜਦੋਂ ਵੀ ਕੋਈ ਗੱਲ ਕਰਨੀ ਉਹਨੇ ਲੜ ਪੈਣਾ ਅੱਬੂ ਦੇ ਨਾਲ ਬੋਲਣਾ ਫਿਰ ਠੀਕ ਤੂੰ ਕੀ ਸੋਚਿਆ ਬਸ ਸੋਚਿਆ ਕੁਛ ਨਹੀਂ ਉਦਣ ਆਏ ਸੀ ਮਿਲਣ ਅੱਬੂ ਨੂੰ ਅਤੇ ਘਰ ਆਇਆ ਮੈਂ ਬੈਠਾ ਹਾਂ ਅਤੇ ਬੋਲਣਾ ਸ਼ੁਰੂ ਹੋ ਗਈ ਠੀਕ ਹੈ ਗਾਲਾਂ ਕੱਢਣੀਆਂ ਸ਼ੁਰੂ ਹੋ ਗਈ ਫਿਰ ਹੱਥਾਂ ਪਾਈ ਸ਼ੁਰੂ ਕਰ ਲਈ ਮੇਰੇ ਨਾਲ ਚਪੇੜਾਂ ਮਾਰੀਆਂ ਬਸ ਹੱਥਾਂ ਪਾਈ ਦੇ ਦੌਰਾਨ ਫਿਰ ਇਕੱਲਾ ਆਇਆ ਤੂੰ ਮੈਂ ਇਕੱਲਾ ਹੀ ਆਇਆ ਸੀ ਕਿ ਬੀਵੀ ਵੀ ਸੀ ਨਾਲ ਸੀ ਨਹੀਂ ਅੱਛਾ ਇਕੱਲਾ ਹੀ ਹੈਗਾ ਸਰ ਕਿਉਂ ਆਉਂਦਾ ਸੀ ਉੱਥੇ ਤੂੰ ਮੇਰੀ ਰਹਿਸ਼ ਇੱਥੇ ਹੀ ਸੀ ਨਾ ਵੀ ਬੱਚੇ ਉੱਥੇ ਪਿੱਛੇ ਪਿੰਡ ਚਲੇ ਗਏ ਸਨ ਇੱਥੇ ਤਾਂ ਰਹਿੰਦਾ ਹੀ ਨਹੀਂ ਸੀ ਤੂੰ ਰਹਿਸ਼ ਇੱਥੇ ਸੀ ਮੇਰੀ ਮੈਂ ਉੱਥੇ ਉਹਨਾਂ ਕੋਲ ਹਫ਼ਤੇ ਬਾਅਦ ਜਾਂਦਾ ਹੁੰਦਾ ਸਾ ਖਰਚਾ ਦੇਣ ਉਹਨਾਂ ਨੂੰ ਫਿਰ ਕੀ ਹੋਇਆ ਗਾਲਾਂ ਕੱਢਣ ਲੱਗ ਗਈ ਗਾਲਾਂ ਕੱਢਣ ਲੱਗ ਪਈ ਬੋਲਣ ਲੱਗ ਪਈ ਬੱਚਿਆਂ ਨੂੰ ਬਦਵਾਵਾਂ ਦੇਣ ਲੱਗ ਪਈ ਅੱਛਾ ਠੀਕ ਹੀ ਕਿ ਤੇਰਾ ਮੁੰਡਾ ਮਰਨ ਵਾਲਾ ਹੋ ਗਿਆ ਤੇਰੀ ਧੀ ਵੀ ਮਾਰ ਦੇਂਗੀ ਇੰਜੀ ਮੈਂ ਤਵੀਤ ਧਾਗਿਆਂ ਦੇ ਨਾਲ 2-4 ਦਿਨ ਠਹਿਰ ਜਾ ਮੁੰਡੇ ਤੇਰੇ ਨੂੰ ਵੀ ਪਤਾ ਲੱਗ ਜਾਏਗਾ ਤੁਹਾਨੂੰ ਵੀ ਪਤਾ ਲੱਗ ਜਾਏਗਾ ਮੈਂ ਰਹਿਣ ਨਹੀਂ ਦੇਣਾ ਇੱਥੇ ਕਿਸੇ ਨੂੰ ਸਾਰੇ ਟੁਰ ਗਏ ਨੇ ਤੂੰ ਜਾਂਦਾ ਦਫਾ ਨਹੀਂ ਹੁੰਦਾ ਫਿਰ ਕਦੀ ਨਾ ਕਦੀ ਆ ਜਾਂਦਾ ਅੱਛਾ ਠੀਕ ਹੀ ਤੁਹਾਡਾ ਕੁਛ ਨਹੀਂ ਲੱਗਦਾ ਪਿਓ ਨਹੀਂ ਆਇਆ ਤੁਹਾਡਾ ਕੋਈ ਜਗ੍ਹਾ ਨਹੀਂ ਵੇਚਣੀ ਹੈ ਮੇਰਾ ਹੈਗਾ ਸਾਰਾ ਕੁਛ ਕਿੰਨੀ ਉਮਰ ਸੀ ਉਹਦੀ ਉਹਦੀ ਤਕਰੀਬਨ 50-55 ਸਾਲ ਸੀ 55 ਸਾਲ ਤੇਰੀ ਉਮਰ ਕਿੰਨੀ 30 ਸਾਲ ਤੇਰੇ ਨਾਲ ਉਹਨੇ ਹੱਥਾ ਪਾਈ ਕਰਨੀ ਹੈ 30 ਸਾਲ ਦੇ ਨੌਜਵਾਨ ਮੁੰਡੇ ਦੇ ਨਾਲ 55 ਸਾਲ ਦੀ ਬੁੱਢੀ ਖਾਤੂਨ ਨੇ ਹੱਥਾ ਪਾਈ ਕਰਨੀ ਨਹੀਂ ਉਹ ਕਰਦੀ ਸੀ ਪਹਿਲੇ ਵੀ ਇੱਕ ਦੋ ਕਿੱਥੇ ਨਿਸ਼ਾਨ ਵਹਾ ਕਿੱਥੇ ਹੱਥਾ ਪਾਈ ਚਪੇੜਾਂ ਤੈਨੂੰ ਮਾਰੀਆਂ ਕਿੱਥੇ 9 ਵਜੇ ਕਿੱਥੇ ਕੀ ਹੋਇਆ ਕਿੱਥੇ ਹੱਥਾ ਪਾਈ ਕੀ ਕੀਤਾ ਉਹਨੇ ਦੱਸ ਨਾ ਤਫਸੀਲਨ ਦੱਸ ਬਸ ਹੱਥਾ ਪਾਈ ਇਹੀ ਕਿ ਗਾਲਾਂ ਕੱਢਣੀਆਂ ਤਾਂ ਮੈਨੂੰ ਇੱਥੋਂ ਫੜ ਕੇ ਬਾਹਰ ਤੂੰ ਦਫਾ ਹੋਈ ਆ ਬਾਹਰ ਤੇਰਾ ਘਰ ਨਹੀਂ ਹੈ ਉਹ ਬੁੱਢੀ ਔਰਤ ਨੇ ਫਿਰ ਅੱਗੇ ਦੱਸ ਹੁਣ ਮਾਰਿਆ ਕਹਿੰਦੇ ਉਹਨੂੰ ਕੱਪੜਾ ਲਵੇੜ ਦਿੱਤਾ ਗਲੇ ਦੇ ਵਿੱਚ ਕੱਪੜਾ ਕਿੱਥੋਂ ਆਇਆ ਪਰਨਾ ਮੇਰਾ ਸੀ ਪਾਇਆ ਸੀ ਗਲੇ 'ਚ ਹਾਂਜੀ ਅੱਛਾ ਕਹਿੰਜ ਹੋਇਆ ਕਿੰਨੇ ਵਜੇ ਦਾ ਟਾਈਮ ਸੀ ਕਹਿੰਜ ਕਤਲ ਕੀਤਾ ਪੂਰੀ ਤਫਸੀਲ ਦੱਸ 2:30 ਵਜੇ ਦਾ ਟਾਈਮ ਹੈਗਾ ਸੀ ਅੱਛਾ ਠੀਕ ਹੈ ਜਦੋਂ ਮੈਂ ਘਰ ਆਇਆ ਬਹਿ ਗਿਆ ਆ ਕੇ ਮੈਂ ਆ ਕੇ ਆਪਣੇ ਕਮਰੇ 'ਚ ਬਹਿ ਗਿਆ ਪਿੱਛੇ ਅੱਛਾ ਤੂੰ ਬਾਹਰ ਨਿਕਲ ਕੇ ਬੋਲਣਾ ਸ਼ੁਰੂ ਹੋ ਗਈ ਗਾਲਾਂ ਕੱਢਣੀਆਂ ਸ਼ੁਰੂ ਹੋ ਗਈ
ਮੈਂ ਆ ਕੇ ਪੁੱਛਿਆ ਮੈਂ ਤੁਹਾਨੂੰ ਮਸਲਾ ਕੀ ਹੈ ਕਿਉਂ ਨਹੀਂ ਜਾਨ ਛੱਡਦੇ ਸਾਡੀ ਭੈਣ ਭਰਾ ਨੇ ਉਹ ਤੁਸੀਂ ਕਢਾ ਛੱਡੇ ਨੇ ਇੱਥੇ ਕੋਈ ਵੀ ਨਹੀਂ ਵੱਸਦਾ ਹੁਣ ਚੁੱਲ੍ਹਾ ਆਏ ਉਹ ਸਾਡੇ ਘਰ ਦਾ ਬੰਦ ਕਰਾ ਛੱਡੇ ਆ ਠੀਕ ਹੈ ਇਹ ਤੈਨੂੰ ਕੀ ਤਕਲੀਫ ਹੈਗੀ ਹੈ ਤੂੰ ਜਾਂਦਾ ਕਿਉਂ ਨਹੀਂ ਇੱਥੋਂ ਅੱਛਾ ਫਿਰ ਹੁਣ ਮੈਂ ਆਪਣੇ ਪਿਓ ਨੂੰ ਕਹਿਣ ਵਾਲਾ ਕਿ ਮਕਾਨ ਵੇਚੋ ਤੁਹਾਡਾ ਇੱਥੇ ਕੀ ਹੈਗਾ ਤੁਹਾਡਾ ਪਿਓ ਹੀ ਨਹੀਂ ਲੱਗਦਾ ਉਹ ਜਿੰਨੀ ਦੇਰ ਹੈਗਾ ਸੀ ਤਾਂ ਤੁਹਾਡਾ ਹੈਗਾ ਸੀ ਜਦੋਂ ਮੇਰਾ ਹੋ ਗਿਆ ਤਾਂ ਫਿਰ ਮੇਰਾ ਬੰਦਾ ਹੈਗਾ ਤੁਹਾਡਾ ਕੁਛ ਨਹੀਂ ਲੱਗਦਾ ਸਹੀ ਹੈ ਦਫਾ ਹੋ ਜਾਓ ਤੁਸੀਂ ਇੱਥੋਂ ਠੀਕ ਹੈ ਇਸੇ ਗੱਲ ਤੋਂ ਫਿਰ ਤਲਕ ਲਾਮੀ ਹੋਈ ਮੂੰਹ ਮਾਰੀ ਹੋਈ ਠੀਕ ਹੈ ਉਹਨੇ ਕਾਲਰ ਫੜੀ ਤੇ ਦਫਾ ਤੂੰ ਕੁਛ ਨਹੀਂ ਕਿਹਾ ਤੂੰ ਚੁੱਪ ਹੀ ਰਿਹਾ ਮੈਂ ਵੀ ਬੋਲਿਆ ਨਾ ਤੂੰ ਕੀ ਬੋਲ ਰਿਹਾ ਸੀ ਉਹ ਵੀ ਦੱਸ ਇਹੀ ਬੋਲ ਰਿਹਾ ਸਾਂ ਕਿ ਤੁਸੀਂ ਇਹ ਕਿਉਂ ਨਹੀਂ ਤੁਹਾਡੀ ਜਾਨ ਛੱਡਦੇ ਪਿਓ ਨੂੰ ਤੁਸੀਂ ਕਹਿ ਰਹੇ ਸੀ ਕਤਲ ਕਰਨ ਤੋਂ ਪਹਿਲੇ ਹੈ ਤੂੰ ਹੀ ਇਤਰਾਮ ਨਾਲ ਗੱਲ ਕਰ ਰਿਹਾ ਸੀ ਨਹੀਂ ਇਤਰਾਮ ਤੇ ਨਹੀਂ ਸੀ ਅੱਛਾ ਫੇਰ ਕਿਉਂਕਿ ਸਾਡੀ ਜਾਨ ਕਿਉਂ ਨਹੀਂ ਜੇ ਛੱਡਦੇ ਅੱਛਾ ਭੈਣਾਂ ਨੂੰ ਉਹਨਾਂ ਨੂੰ ਨਹੀਂ ਮਿਲਣ ਦਿੰਦੇ ਸਾਨੂੰ ਉਹਨਾਂ ਨੂੰ ਨਹੀਂ ਮਿਲਣ ਦਿੰਦੇ ਅਸੀਂ ਕੋਈ ਬੋਲਦੇ ਹਾਂ ਤੇ ਸਾਡੇ ਨਾਲ ਲੜਦੇ ਹੋ ਬੋਲਦੇ ਹੋ ਸਾਰੀ ਰਾਤ ਸੋਚੀ ਪਿਆ ਰਹਿੰਦਾ ਫੇਰ ਅੱਗੇ ਕੀ ਕੀਤਾ ਅੱਗੇ ਫਿਰ ਉਹਨੇ ਮੈਨੂੰ ਕਾਲਰ ਫੜੀ ਉਹਨੇ ਕਿਹਾ ਦਫਾ ਹੋਇਆ ਬਾਹਰ ਤੂੰ ਇੱਥੇ ਕੀ ਲੈਣ ਵੜਿਆ ਫਿਰ ਤੁਹਾਨੂੰ ਇੰਨੀ ਦਫਾ ਉਹਨੇ ਕਿਹਾ ਦਫਾ ਹੋਈ ਇੱਥੋਂ ਕਿਰਾਇਆ ਤੇ ਮਰੋ ਜਾ ਕੇ ਤੁਸੀਂ ਫਿਰ ਅੱਗੇ ਕੀ ਕੀਤਾ ਹੁਣ ਬਹਾਦਰੀ ਵਾਲਾ ਕਿੱਸਾ ਸੁਣਾ ਨਾ ਬਹਾਦਰੀ ਇਹੀ ਕਿ ਫਿਰ ਉਹਨੂੰ ਜੋ ਕਾਲਰ ਫੜੀ ਉਦੋਂ ਫਿਰ ਹੱਥ ਫਾਈ ਹੋਈ ਅੱਛਾ ਠੀਕ ਹੀ ਉਹ ਮੇਰੇ ਕੋਲ ਕੱਪੜਾ ਹੈਗਾ ਸੀ ਭਰਨਾ ਹੈਗਾ ਸੀ ਉਹ ਮੈਂ ਫਿਰ ਉੱਥੇ ਹੀ ਉਹਦੇ ਦਰਵਾਜ਼ੇ ਦੇ ਕੋਲ ਹੀ ਉਹ ਕੱਪੜਾ ਲਪੇਟ ਕੇ ਤੂੰ ਬੈਠ ਤੇ ਡਿੱਗ ਪਈ ਦਰਵਾਜ਼ੇ ਤੇ ਕੱਪੜਾ ਲਪੇਟਿਆ ਦਰਵਾਜ਼ੇ ਦੇ ਕੋਲ ਕਮਰੇ ਦੇ ਦਰਵਾਜ਼ੇ ਦੇ ਕੋਲ ਉਹਨਾਂ ਦੇ ਹਾਂ ਕਿੱਥੇ ਲਪੇਟਿਆ ਭਰਨਾ ਗਲੇ ਦੇ ਵਿੱਚ ਗਲੇ 'ਚ ਪਾਤਾ ਕਹਿੰਦੇ ਪਾਇਆ ਪਿੱਛੋਂ ਦੀ ਪਾਇਆ ਉਹ ਇਸ ਤਰ੍ਹਾਂ ਮੁੜ ਕੇ ਤੇ ਅੰਦਰ ਨੂੰ ਚੱਲੀ ਸੀ ਕਿ ਮੈਂ ਕਰਨੀ ਆ ਫੋਨ ਕਿਆ ਫਿਰ ਆ ਗਿਆ ਇੱਥੇ ਅੱਛਾ ਇਹਨੂੰ ਆ ਕੇ ਕੱਢ ਇੱਥੋਂ ਸਹੀ ਹੈ ਤੇ ਮੈਂ ਫਿਰ ਪਿੱਛੋਂ ਦੀ ਗਲਾ ਲਪੇਟ ਦਿੱਤਾ ਉਹਦਾ ਕਫਰਨੇ ਦੇ ਨਾਲ ਠੀਕ ਹੈ ਲਪੇਟ ਕੇ ਕੀ ਕੀਤਾ ਲਪੇਟ ਕੇ ਤੇ ਉਹਨਾਂ ਨੇ ਚੜਾਇਆ ਲੇਕਿਨ ਉਹ ਬੈੱਡ ਤੇ ਡੇਗ ਵੀ ਮੈਂ ਵੀ ਸਾਈਡ ਵੱਜੀ ਤੇ ਬੈੱਡ ਦੇ ਨਾਲ ਹੀ ਹੈਗਾ ਸੀ ਦਰਵਾਜ਼ੇ ਦੇ ਨਾਲ ਉਹ ਫਿਰ ਮੈਂ ਗਲਾ ਘੁੱਟ ਦਿੱਤਾ ਉਹਦਾ ਗਲਾ ਘੁੱਟਤਾ ਕਿੰਨੀ ਦੇਰ ਘੁੱਟੀ ਰੱਖਿਆ ਗਲਾ ਇਹ ਤਕਰੀਬਨ 2-3 ਮਿੰਟ 4 ਮਿੰਟ ਖਿੱਚ ਕੇ ਘੁੱਟੀ ਰੱਖਿਆ ਠੀਕ ਹੈ ਫਿਰ ਕਿੰਝ ਪਤਾ ਲੱਗਾ ਮਰ ਗਈ ਮਤਲਬ ਜਦੋਂ ਢਿੱਲੀ ਪੈ ਗਈ ਉਦੋਂ ਜਦੋਂ ਢਿੱਲੀ ਪੈ ਗਈ ਮੈਂ ਫਿਰ ਛੱਡ ਕੇ ਚਲਾ ਗਿਆ ਵਾਂ ਉੱਥੋਂ ਭੱਜ ਗਿਆ ਹਾਂਜੀ ਕਿੱਥੇ ਗਿਆ ਭੱਜ ਜੱਲੋ ਜੱਲੋ ਕਿਹਦੇ ਕੋਲ ਉੱਥੇ ਦਰਬਾਰ ਹੈਗਾ ਉੱਥੇ ਬਹਿ ਗਿਆ ਡਰ ਲੱਗਦਾ ਸੀ ਸਾਰਿਆਂ ਕੋ ਕਿਹੜਿਆਂ ਕੋ ਡਰ ਲੱਗਦਾ ਸੀ ਸਾਰਿਆਂ ਕੋ ਡਰ ਲੱਗਦਾ ਸੀ ਇਹਨਾਂ ਕੋ ਵੀ ਲੱਗਦਾ ਸੀ ਰਿਸ਼ਤੇਦਾਰਾਂ ਕੋ ਵੀ ਲੱਗਦਾ ਸੀ ਕਿ ਗਲਤੀ ਕਰ ਦਿੱਤੀ ਹੈ ਉਹਨੂੰ ਅੱਛਾ ਇੰਝ ਨਹੀਂ ਸੀ ਕਰਨਾ ਚਾਹੀਦਾ ਪਛੇਮਾਨੀ ਤਾਂ ਹੁੰਦੀ ਹੈ ਗਲਤੀ ਦਾ ਅਹਿਸਾਸ ਤਾਂ ਹੁਣ ਹੁੰਦੀ ਹੈ ਅੱਛਾ ਉਦੋਂ ਨਹੀਂ ਹੋ ਰਿਹਾ ਸੀ ਉਦੋਂ ਤੂੰ ਬਹਾਦਰੀ ਵਾਲਾ ਕੰਮ ਕੀਤਾ ਤੇਰੇ ਹੱਥੀ ਪੈ ਜਾਂਦੀ ਸੀ ਇੱਕ ਬਜ਼ੁਰਗ ਔਰਤ ਹੁਣ ਤੂੰ 30 ਸਾਲ ਦਾ ਨੌਜਵਾਨ ਹੱਟਾ ਘੱਟਾ ਉਹ ਤੇਰੇ ਹੱਥੀ ਪੈ ਜਾਂਦੀ ਸੀ ਫਿਰ ਹੁਣ ਤੂੰ ਗਲਾ ਦਬਾ ਕੇ ਕਤਲ ਕਰਕੇ ਡਰਨ ਲੱਗ ਗਿਆ ਫਿਰ ਡਰਦੇ ਡਰਦੇ ਕੀ ਕੀਤਾ ਮੈਂ ਉੱਥੇ ਦਰਬਾਰ ਤੇ ਕੀ ਕਰਦਾ ਰਿਹਾ ਉੱਥੇ ਬੈਠਾ ਰਿਹਾ ਸਾਈਡ ਤੇ ਹਾਂ ਫਿਰ ਫਿਰ ਉਹ ਸਾਹ ਪੂਰੀ 2 ਦਿਨ ਬਾਅਦ ਇਹਨਾਂ ਨੇ ਮੈਨੂੰ ਲੱਭਿਆ ਉੱਥੋਂ ਉੱਥੋਂ ਹੀ ਲੱਭ ਲਏ ਹਾਂਜੀ ਫੜ ਕੇ ਲਿਆਏ ਹਾਂਜੀ ਠੀਕ ਕਾਰਨਾਮਾ ਸਰ ਅੰਜਾਮ ਦਿੱਤਾ ਨਹੀਂ ਸਰ ਗਲਤ ਹੋ ਗਈ ਹੈ ਪਛਿਮਾਨੀ ਤੇ ਹੋ ਰਹੀ ਹੈ ਗਲਤੀ ਦਾ ਅਹਿਸਾਸ ਤੇ ਹੋ ਰਿਹਾ ਤੇਰੇ ਪਿਓ ਨੇ ਗਲਤ ਕੰਮ ਕੀਤਾ ਸੀ ਕੋਈ ਕਿਸੇ ਨਾਲ ਸ਼ਾਦੀ ਕਰਕੇ ਨਹੀਂ ਸਰ ਕਿਸੇ ਬੇਵਾ ਖਤੂਨ ਨਾਲ ਜਾਂ ਤਲਾਕੀ ਆਪਤਾ ਖਤੂਨ ਨਾਲ ਨਹੀਂ ਸਰ ਠੀਕ ਕੀਤਾ ਸੀ ਬਾਕੀ ਉਦੋਂ ਨਹੀਂ ਮੈਨੂੰ ਸਮਝ ਆਈ ਉਦੋਂ ਬਸ ਗਲਤੀ ਹੋ ਗਈ ਗਲਤੀ ਕੀ ਹੋ ਗਈ ਇਹ ਛੋਟੀ ਜਿਹੀ ਗਲਤੀ ਹੈ ਕਤਲ ਕਰ ਦੇਣਾ ਕਿਸੇ ਨੂੰ ਗਲਤੀ ਤਾਂ ਬਹੁਤ ਵੱਡੀ ਹੈ ਪਰ ਨਹੀਂ ਸੀ ਕਰਨਾ ਚਾਹੀਦਾ ਸਰ ਹੁਣ ਤੈਨੂੰ ਪਲਾਟ 5 ਮਰਲੇ ਦਾ ਮਕਾਨ ਜਿਹੜਾ ਪਿਓ ਦਾ ਮਿਲ ਜਾਏਗਾ ਨਹੀਂ ਸਰ ਹਾਂ ਕੀ ਹੋਏਗਾ ਹੁਣ ਅੱਗੇ ਜਾਵਾਂਗੇ ਅੱਗੇ ਕਿੱਥੇ ਜਾਵਾਂਗੇ ਤੇ ਸਰ ਜ਼ਾਹਰੀ ਗੱਲ ਹੈ ਕਿ ਸਜ਼ਾ ਹੋਏਗੀ ਸਜ਼ਾ ਹੋਏਗੀ ਪਤਾ ਕਤਲ ਦੀ ਕੀ ਸਜ਼ਾ ਹੁੰਦੀ ਹੈ ਨਹੀਂ ਸਰ ਹੁਣ ਪਤਾ ਲੱਗ ਗਿਆ ਨਾ ਹੁਣ ਪਤਾ ਲੱਗ ਗਿਆ ਪਹਿਲੇ ਵੀ ਕਤਲ ਕਰਦਾ ਰਿਹਾ ਕੋਈ ਵਾਰਦਾਤਾਂ ਕਰਦਾ ਰਿਹਾ ਹਾਂ ਪਹਿਲੀ ਵਾਰੀ ਮਾਰਿਆ ਪਹਿਲੀ ਦਫਾ ਸੀ ਪਹਿਲਾਂ ਹੀ ਕਤਲ ਕੀਤਾ ਹਾਂਜੀ ਅੱਛਾ ਨਾਲ ਸੀ ਤੇਰੀ ਬੀਵੀ ਸ਼ਬਾਨਾ ਨਾ ਹੈ ਜੀ ਸਰ ਹਾਂ ਉਹਦਾ ਵੀ ਨਾਂ ਹੈ ਕੋਈ ਵੀ ਨਹੀਂ ਸੀ ਆ ਪਤਾ ਹੀ ਨਹੀਂ ਸੀ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ ਨਹੀਂ ਸੀ ਕਿਸੇ ਨੂੰ ਦੱਸਿਆ ਨਹੀਂ ਫੋਨ ਕਰਕੇ ਕਿਸੇ ਨੂੰ ਕਿ ਕਤਲ ਕਰਤਾ ਮੈਂ ਇਸ ਚੀਜ਼ ਦਾ ਨਹੀਂ ਸੀ ਕਿਸੇ ਨੂੰ ਪਤਾ